ਸਤਿ ਸ਼੍ਰੀ ਅਕਾਲ ਜੀ। ਵੀਡੀਓ ਵੇਖ ਰਹੇ ਸਾਰੇ ਹੀ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਆਹ ਜਿਹੜੀ ਵੀਡੀਓ ਇਹ ਜਗ੍ਹਾ ਹੈ ਜੀ, ਇਹ ਆਪਣਾ ਕੁਈਨਜ਼ਲੈਂਡ ਆਸਟ੍ਰੇਲੀਆ ਦੇ ਸਟੇਟ ਦੇ ਵਿੱਚ ਇੱਕ ਜਗ੍ਹਾ ਆਉਂਦੀ ਹੈ ਕੇਨਸ ਦੇ ਲਾਗੇਨਸ ਫਿਲ ਪਿੰਡ ਦੀ ਹੈ। ਆਹ ਮੇਨ ਹਾਈਵੇ ਹੈ ਔਰ ਇਹ ਹਾਈਵੇ ਦੇ ਉੱਪਰ ਬਿਲਕੁਲ ਹੀ ਇੱਕ ਹੰਪੀ ਹੈ ਜਿਹੜੀ ਇੱਥੇ ਕਹੀ ਜਾਂਦੀ ਹੈ, ਇਹ ਹੈਗੀ ਹੈ ਜੀ ਬਨਾਨਿਆਂ ਦੀ। ਤੁਸੀਂ ਦੇਖ ਸਕਦੇ ਹੋ, ਕਿਉਂਕਿ ਇਹ ਦਿਖਾਉਣ ਦਾ ਮਕਸਦ ਹੈ ਕਿ ਇਨਸਾਨੀਅਤ ਅਤੇ ਵਿਸ਼ਵਾਸ ਉਹ ਆ ਜੋ ਸਾਡੇ ਮੁਲਕ 'ਚ ਨਹੀਂ ਦੇਖਣ ਨੂੰ ਮਿਲਦਾ। ਇੱਥੇ ਦੇਖੋ, ਮੈਂ ਤੁਹਾਨੂੰ ਦਿਖਾਉਂਦਾ, ਸਾਰੇ ਕੇਲੇ ਪਏ ਹੋਏ ਨੇ ਇੰਨੇ, ਅਤੇ ਤੁਸੀਂ ਆਪੇ ਹੀ ਆਓ ਅਤੇ ਇਹਨਾਂ ਰੇਟ ਲਿਖਿਆ ਹੋਇਆ ਜਿੱਦਾਂ $1.50 ਇੱਕ ਕਿਲੋ ਦੇ, ਆ ਨਾਲ ਕੰਡਾ ਲੱਗਾ ਹੋਇਆ ਇਹਦੇ ਵਿੱਚ ਪਾਓ। ਅਤੇ ਨਾਲ ਇਹਨਾਂ ਨੇ ਆ ਦੇਖੋ ਬਣਾਇਆ ਹੋਇਆ ਪੈਸੇ ਇਹਦੇ ਵਿੱਚ ਪਾਉਣ ਦੇ ਲਈ। ਔਰ ਇਸ ਹੰਪੀ ਦੇ ਵਿੱਚ ਕੋਈ ਕੈਮਰਾ ਨਹੀਂ ਹੈ, ਦੇਖ ਸਕਦੇ ਹੋ ਤੁਸੀਂ, ਕੋਈ ਇਸ ਤਰ੍ਹਾਂ ਦੀ ਹੈ ਨਹੀਂ ਕਿ ਜਿੱਥੋਂ ਕਿ ਤੁਹਾਨੂੰ ਲੱਗੇ ਕਿ ਉਹ ਤੁਹਾਨੂੰ ਕੋਈ ਦੇਖ ਰਿਹਾ ਜਾਂ ਕੋਈ ਨਹੀਂ, ਬਸ ਇੱਕ ਵਿਸ਼ਵਾਸ ਦੀ ਗੱਲ ਹੈ। ਔਰ ਦੇਖੋ ਕਿ ਇਹ ਮੇਨ ਹਾਈਵੇ 'ਤੇ ਆ, ਦੇਖੋ ਇਹਨਾਂ ਨੇ ਸਾਈਨ ਲਾਇਆ ਹੋਇਆ, ਅਤੇ ਖੇਤਾਂ ਦੇ ਵਿੱਚ ਆ ਮੇਨ ਹਾਈਵੇ ਆ। ਕੋਈ ਇੱਥੇ ਦੁਕਾਨਦਾਰ ਨਹੀਂ ਗਾ, ਕੋਈ ਇੱਥੋਂ ਦੀ ਗੱਲ ਨਹੀਂ ਬਾਤ ਨਹੀਂ। ਆ ਇੱਥੇ ਫਾਰਮ ਆ ਜਿੱਦਾਂ ਕੇਨਸ ਬਨਾਨਾ ਅਤੇ ਗੰਨਿਆਂ ਦੇ ਕਰਕੇ ਫੇਮਸ ਆ, ਆਪਣੀ ਵੀ ਕਮਿਊਨਿਟੀ ਕਾਫੀ ਆ ਇੱਥੇ। ਅਤੇ ਮੈਂ ਲੰਘ ਰਿਹਾ ਸੀਗਾ ਪਰ ਮੇਰੇ ਜ਼ਹਿਨ 'ਚ ਇੱਕ ਗੱਲ ਆਈ ਕਿ ਦਿਖਾਉਣਾ ਚਾਹਾਂਗਾ ਕਿ ਇਹ ਇਹਨਾਂ ਮੁਲਕਾਂ ਦੇ ਵਿੱਚ ਇਨਸਾਨੀਅਤ ਅਤੇ ਵਿਸ਼ਵਾਸ ਕਿੰਨਾ। ਦੇਖੋ ਹੁਣ ਤੁਸੀਂ ਇਹ ਕੇਲੇ ਨੇ ਜੋ ਡੇਢ ਹੋਇਆ, ਡੇਢ ਨੂੰ ਇੱਕ ਕਿਲੋ ਆ, ਅਤੇ ਇਹਦੇ ਵਿੱਚੋਂ ਆਪਾਂ ਦੇਖੋ ਆ ਤੱਕੜੀ ਪਈ ਹੈ, ਅਤੇ ਤੁਸੀਂ ਇੱਕ ਕਿਲੋ ਲਾ ਕੇ ਚੱਲੋ। ਕਿਲੋ ਹੋ ਗਿਆ ਜੀ, ਇਹਦੇ ਵਿੱਚ ਹੁਣ ਤੁਸੀਂ $1.50 ਪਾ ਦਿਓ। ਚਲੋ ਜੀ, $1.50 ਹੋ ਗਿਆ। ਹੁਣ ਇਹਨੂੰ ਨਾਲੇ ਆਪਾਂ ਟਰੱਕ 'ਚ ਬਹਿ ਕੇ ਖਾਵਾਂਗੇ, ਨਾਲੇ ਬਾਈ ਦੇ ਗੁਣ ਗਾਵਾਂਗੇ ਜਿੰਨੇ ਆ ਲਾਈ ਆ। ਅਤੇ ਧੰਨਵਾਦ ਜੀ ਵੀਡੀਓ ਦੇਖਣ ਲਈ, ਬਸ ਇਹੀ ਮੈਸੇਜ ਸੀਗਾ ਕਿ ਇਨਸਾਨੀਅਤ ਕਿੰਨੀ ਹੈ ਇੱਥੇ। ਧੰਨਵਾਦ ਜੀ।